ਹੈਲੋ ਦੋਸਤੋ, ਮੈਂ ਨਵਜਿੰਦਰ ਸਿੰਘ, ਲਰਨ ਡੇਲੀ 'ਤੇ ਤੁਹਾਡਾ ਸਵਾਗਤ ਕਰਦਾ ਹਾਂ। ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ NVS ਨੋਨ ਟੀਚਿੰਗ ਦੀ ਰਿਕੁਆਇਰਮੈਂਟ, ਜਿਹੜੀ ਕਿ ਆਪਣੇ ਕੋਲ 2024 ਦੇ ਵਿੱਚ ਆ ਚੁੱਕੀ ਹੈ, ਜਿਸ ਦੇ ਵਿੱਚ ਆਪਾਂ ਨੂੰ 1300 ਪੋਸਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਹਨ। ਅਗਰ ਇਸ ਵੀਡੀਓ ਨੂੰ ਕੋਈ ਬੱਚਾ, ਠੀਕ ਹੈ, ਜਾਂ ਫਿਰ ਸਕੂਲਿੰਗ ਦਾ ਜਾਂ ਫਿਰ ਕਾਲਜ ਦਾ ਦੇਖ ਰਿਹਾ ਹੈ, ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ, ਕਿਉਂਕਿ ਇਸ ਦੇ ਵਿੱਚ 10th, 12th ਔਰ ਗ੍ਰੈਜੂਏਟ ਦੇ ਕੋਈ ਵੀ ਸਟੂਡੈਂਟ ਹੋਵੇ ਤਾਂ ਇਸਨੂੰ ਫਿਲ ਕਰ ਸਕਦਾ ਹੈ। ਔਰ ਅਗਰ ਘਰ ਦੇ ਵਿੱਚੋਂ ਕੋਈ ਵੱਡਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਆਪਣੇ ਬੱਚੇ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਇਸ ਜਾਣਕਾਰੀ ਨੂੰ, ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਕਿ ਉਹ ਵੀ ਇਸ ਜਿਹੜੀ ਹੈ ਵੀਡੀਓ ਦਾ ਲਾਭ ਉਠਾ ਸਕਣ ਔਰ ਇਸ ਪੋਸਟਾਂ ਨੂੰ ਜਿਹੜੀਆਂ ਨੂੰ ਉਹ ਫਿਲ ਕਰ ਸਕਣ। ਤਾਂ ਇਹ ਇੱਕ ਪਰਮਾਨੈਂਟ ਜੋਬ ਰਹਿਣ ਵਾਲੀ ਹੈ, ਕੋਈ ਕੰਟੈਕਟ ਬੇਸ ਜੋਬ ਨਹੀਂ, ਇਸਦਾ ਇਗਜ਼ਾਮ ਹੋਏਗਾ, ਠੀਕ ਹੈ, ਇਗਜ਼ਾਮ ਦੇ ਬੇਸਿਸ 'ਤੇ ਮੈਰਿਟ ਬਣੇਗੀ ਔਰ ਤੁਹਾਨੂੰ ਇਸਦੇ ਲਈ ਜੁਆਇਨ ਜਿਹੜਾ ਉਹ ਕਰਨਾ ਪਏਗਾ। ਤਾਂ ਇਸਦੀ ਸੈਲਰੀ ਕੀ ਰਹੇਗੀ, ਅਪਲਾਈ ਡੇਟ ਕੀ ਰਹੇਗੀ ਔਰ ਏਜ ਲਿਮਿਟ ਕੀ ਰਹੇਗੀ, ਤਾਂ ਤੁਹਾਨੂੰ ਮੈਂ ਉਹ ਅੱਗੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗਾ, ਠੀਕ ਹੈ। ਤਾਂ ਚੈਨਲ ਦੇ ਨਾਲ ਬਣੇ ਰਹਿਣਾ, ਵੀਡੀਓ ਦੇ ਨਾਲ ਇਸੇ ਤਰੀਕੇ ਨਾਲ ਬਣੇ ਰਹਿਣਾ, ਜੁੜੇ ਰਹਿਣਾ। ਔਰ ਅਗਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਹੈ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਵੀਡੀਓ ਜੋ ਹੈ ਅੱਜ ਦੀ, ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਲਈ ਇੱਕ ਇਨਫੋਰਮੇਸ਼ਨ ਹੈ ਜਿਹੜੀ ਕਿ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿ ਪੰਜਾਬ ਪੁਲਿਸ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਭਰੀਆਂ ਜਾ ਰਹੀਆਂ ਨੇ, ਔਰ ਅਗਰ ਉਹਨਾਂ ਫੋਰਮਸ ਨੂੰ ਨਹੀਂ ਪਤਾ ਚੱਲਦਾ ਕਿਵੇਂ ਭਰਨਾ, ਤਾਂ ਉਹਨਾਂ ਫੋਰਮਸ ਨੂੰ ਤੁਸੀਂ ਫਿਲ ਕਰਨਾ ਚਾਹੁੰਦੇ ਹੋ, ਠੀਕ ਹੈ, ਘਰ ਬੈਠੇ ਹੀ, ਤਾਂ ਉਸ ਫੋਰਮਸ ਨੂੰ ਫਿਲ ਕਰਨ ਦੇ ਲਈ ਮੈਂ ਵੀਡੀਓ ਜੋ ਹੈ ਇੱਕ ਬਣਾ ਰੱਖੀ ਹੈ ਔਰ ਇਸ ਆਈ ਆਈਕਨ 'ਤੇ ਵੀ ਦੇ ਦਾਂਗਾ। ਅਗਰ ਤੁਹਾਨੂੰ ਇੱਥੇ ਨਹੀਂ ਮਿਲਦੀ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਕਿ ਹਾਊ ਟੂ ਫਿਲ ਪੰਜਾਬ ਪੁਲਿਸ ਫੋਰਮ ਅਤੇ ਪੰਜਾਬ ਪੁਲਿਸ ਦਾ ਫੋਰਮ ਕਿਵੇਂ ਭਰੀਏ, ਤਾਂ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਔਰ ਫੋਰਮ ਨੂੰ ਫਿਲ ਕਰ ਸਕਦੇ ਹੋ। ਔਰ ਅਗਰ ਤੁਸੀਂ ਪੰਜਾਬ ਪੁਲਿਸ ਦੇ ਪੰਜਾਬ GK ਦੇ, ਠੀਕ ਹੈ, ਪੰਜਾਬ GK ਔਰ ਇੰਡੀਅਨ GK ਦੇ, ਠੀਕ ਹੈ, ਰਿਟਰਨ ਨੋਟਸ ਚਾਹੁੰਦੇ ਹੋ, ਠੀਕ ਹੈ, ਰਿਟਰਨ ਨੋਟਸ ਇਕੱਲੇ MCQs ਨਹੀਂ, ਯਾਨੀ ਕਿ ਥਿਊਰੀ ਦੇ, ਠੀਕ ਹੈ, ਥਿਊਰੀ ਦੇ ਤੁਸੀਂ ਰਿਟਰਨ ਨੋਟਸ ਜਿਹੜੇ ਨੇ ਉਹ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ ਜੀ 9919113280, ਫਿਰ ਸੁਣ ਲਓ, 9919113280। ਤਾਂ ਤੁਸੀਂ ਮੈਨੂੰ ਇਸ 'ਤੇ ਪੰਜਾਬ GK ਔਰ ਇੰਡੀਅਨ GK ਲਿਖ ਕੇ ਜੋ ਹੈ ਉਹ SMS ਕਰ ਸਕਦੇ ਹੋ, ਠੀਕ ਹੈ, ਔਰ ਤੁਸੀਂ ਇਸ ਜੋ ਹੈ ਨੋਟਸ ਨੂੰ ਬਾਏ ਕਰ ਸਕਦੇ ਹੋ। ਤਾਂ ਚੱਲਦੇ ਆ ਨੈਕਸਟ ਆਪਣੇ। ਤਾਂ ਇਸ ਜੋ ਹੈ, ਮੈਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਤੁਹਾਨੂੰ ਲਾਈਵ ਅਪਡੇਟ ਦਿੰਦਾ ਹੁੰਦਾ ਕਿ ਕਿਹੜੀ ਪੋਸਟ ਕਿਸ ਤਰੀਕੇ ਨਾਲ ਆਈ ਹੈ, ਕਦੋਂ ਅਪਲਾਈ ਹੋਏਗੀ, ਬਟ ਜਿਹੜੀ ਇਹ ਪੋਸਟ ਹੈ ਥੋੜ੍ਹੀ ਕੰਪਲੀਕੇਟਡ ਸੀ, ਕਿਉਂਕਿ ਜਿਸ ਤਰੀਕੇ ਨਾਲ ਇਹਦੀ ਨੋਟੀਫਿਕੇਸ਼ਨ ਆਈ ਸੀ ਤਾਂ ਕੁਛ ਵੀ ਜਿਹੜਾ ਲੱਭਣਾ ਸੀ ਉਹ ਆਸਾਨੀ ਨਾਲ ਨਹੀਂ ਮਿਲ ਰਿਹਾ ਸੀਗਾ, ਠੀਕ ਹੈ, ਇਸ ਲਈ ਮੈਨੂੰ ਇਹ ਕੋਈ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਸੀਗੀਆਂ, ਗੱਲਾਂ ਸੀਗੀਆਂ, ਉਹਨਾਂ ਨੂੰ ਕਲੈਕਟ ਕਰਕੇ ਔਰ ਇਸਦੀ PDF ਕ੍ਰੀਏਟ ਕਰਨੀ ਪਈ, ਤਾਂ ਇਸ ਲਈ ਅੱਜ PDF ਦੀ ਫੋਰਮ ਦੇ ਵਿੱਚ ਲੈ ਕੇ ਆਇਆ ਹਾਂ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਬਾਰੇ ਇੱਥੇ ਆਪਾਂ ਗੱਲ ਕਰਾਂਗੇ। ਤਾਂ ਫਸਟਲੀ ਆਪਾਂ ਗੱਲ ਕਰਦੇ ਹਾਂ ਕਿ ਪੋਸਟਾਂ ਆਈਆਂ ਕਿਹੜੀਆਂ ਕਿਹੜੀਆਂ ਨੇ। ਤਾਂ ਇੱਧਰ ਆਪਣੇ ਕੋਲ ਪੋਸਟ ਦਾ ਨੇਮ ਰਹਿਣ ਵਾਲਾ ਹੈ, ਟੋਟਲ ਪੋਸਟਾਂ ਜਿਹੜੀਆਂ ਆਈਆਂ ਹੋਣਗੀਆਂ, ਔਰ ਨਵੋਦਿਆ ਵਿਦਿਆਲਿਆ ਦੇ ਵਿੱਚ ਇਹ ਪੋਸਟਾਂ ਆਈਆਂ ਨੇ ਜਿਹੜੀਆਂ ਕਿ ਨੋਨ ਟੀਚਿੰਗ ਦੇ ਨਾਲ ਰਿਲੇਟਡ ਨੇ, ਠੀਕ ਹੈ, ਔਰ ਐਲੀਜੀਬਿਲਟੀਜ਼ ਦੀ ਗੱਲ ਆਪਾਂ ਇੱਥੇ ਕਰਾਂਗੇ। ਤਾਂ ਫਸਟ ਆਪਣੇ ਕੋਲ ਆ ਜਾਂਦੀ ਹੈ ਜੀ ਫੀਮੇਲ ਸਟਾਫ ਨਰਸ ਦੀ, ਜਿਹਦੇ ਵਿੱਚ ਆਪਾਂ ਨੂੰ 121 ਪੋਸਟਾਂ ਦੇਖਣ ਨੂੰ ਮਿਲਦੀਆਂ ਹਨ, ਔਰ ਬੈਚੁਲਰ ਡਿਗਰੀ ਜਿਹੜੀ ਹੈਗੀ ਹੈ ਯਾਨੀ ਨਰਸਿੰਗ ਦੇ ਵਿੱਚ ਆਪਣੇ ਕੋਲ ਹੋਣੀ ਚਾਹੀਦੀ ਹੈ, ਠੀਕ ਹੈ, ਬੈਚੁਲਰ ਡਿਗਰੀ ਕਿਹਦੇ ਵਿੱਚ, ਨਰਸਿੰਗ ਦੇ ਵਿੱਚ ਹੋਣੀ ਚਾਹੀਦੀ ਹੈ, ਔਰ ਏਜ ਲਿਮਿਟ ਜਿਹੜੀ ਹੈਗੀ ਆਪਣੇ ਕੋਲ 35 ਈਅਰ ਰਹਿਣ ਵਾਲੀ ਹੈ, ਔਰ ਏਜ ਰਿਲੈਕਸੇਸ਼ਨ ਜਿਹੜੀ ਹੈ ਉਹ ਪੋਸਟਾਂ ਵਾਈਜ਼ ਜਿਹੜੀ ਹੈ ਆਪਾਂ ਨੂੰ ਅਲੱਗ ਅਲੱਗ ਦਿੱਤੀ ਜਾਏਗੀ, ਔਰ ਇਹਦੇ ਵਿੱਚ ਟੋਟਲ ਜੋ ਹੈ 5 ਤੋਂ ਲੈ ਕੇ 15 ਸਾਲ ਤੱਕ ਏਜ ਰਿਲੈਕਸੇਸ਼ਨ ਦਿੱਤੀ ਜਾ ਰਹੀ ਹੈ, ਬਟ ਉਹ ਪੋਸਟਾਂ ਵਾਈਜ਼ ਹੈ, ਕਿਹਦੇ ਵਿੱਚ 5 ਸਾਲ ਹੈ, ਕਿਹਦੇ ਵਿੱਚ 15 ਸਾਲ ਹੈ, ਤਾਂ ਉਹ ਅਲੱਗ ਅਲੱਗ ਪੋਸਟਾਂ ਵਾਈਜ਼ ਆਪਾਂ ਨੂੰ ਦਿੱਤੀ ਗਈ ਹੈ। ਤਾਂ ਗੱਲ ਕਰੀਏ ਅਗਲੀ ਪੋਸਟ ਕਿਹੜੀ ਹੈ ਜੀ, ਅਗਲੀ ਹੈ ਆਪਣੇ ਕੋਲ ਅਸਿਸਟੈਂਟ ਸੈਕਸ਼ਨ ਆਫਿਸਰ ਦੀ। ਤਾਂ ਇਹਦੇ ਵਿੱਚ ਆਪਾਂ ਨੂੰ 5 ਪੋਸਟਾਂ ਦੇਖਣ ਨੂੰ ਮਿਲਦੀਆਂ ਹਨ, ਜਿਹਦੇ ਵਿੱਚ ਆਪਾਂ ਨੂੰ ਬੈਚਲਰ ਡਿਗਰੀ ਚਾਹੀਦੀ ਹੈ ਕਿਸੇ ਵੀ ਸਟ੍ਰੀਮ ਦੇ ਵਿੱਚ, ਔਰ 3 ਸਾਲ ਦਾ ਇਹਦੇ ਵਿੱਚ ਆਪਾਂ ਨੂੰ ਐਕਸਪੀਰੀਅੰਸ ਚਾਹੀਦਾ, ਜਿਹਦੇ ਵਿੱਚ ਆਪਾਂ ਨੂੰ 23 ਤੋਂ 33 ਸਾਲ ਤੱਕ ਜਿਹੜੀ ਆਪਣੀ ਏਜ ਲਿਮਿਟ ਰਹੇਗੀ, ਔਰ ਰਿਲੈਕਸੇਸ਼ਨ ਤੁਸੀਂ ਅਲੱਗ ਤੋਂ ਜੋੜਦੇ ਰਹੋ ਕਿ ਰਿਲੈਕਸੇਸ਼ਨ ਇਹਨਾਂ ਸਾਰੀਆਂ ਪੋਸਟਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਆਪਾਂ ਨੂੰ ਦਿੱਤੀ ਗਈ ਹੈ।
ਨੈਕਸਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਹੈ ਆਪਣੇ ਕੋਲ ਆਡਿਟ ਅਸਿਸਟੈਂਟ ਦੀ। ਠੀਕ ਹੈ, ਆਡਿਟ ਅਸਿਸਟੈਂਟ ਜਿਹੜੀ ਹੈ ਆਪਣੇ ਕੋਲ, ਇਹਦੇ ਵਿੱਚ ਆਪਾਂ ਨੂੰ 12 ਪੋਸਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ, ਔਰ ਇਸ ਦੇ ਵਿੱਚ ਆਪਣੀ ਜਿਹੜੀ ਬੈਚਲਰ ਡਿਗਰੀ ਆਪਾਂ ਨੂੰ ਕਮਰਸ ਜਾਂ ਫਿਰ ਬੀਕੌਮ ਦੇ ਵਿੱਚ ਚਾਹੀਦੀ ਹੈ। ਤਾਂ ਇਸ ਦੀ ਏਜ ਲਿਮਿਟ ਜੋ ਰਹਿਣ ਵਾਲੀ ਹੈ ਉਹ ਆਪਣੇ ਕੋਲ 18 ਤੋਂ 30 ਸਾਲ ਰਹਿਣ ਵਾਲੀ ਹੈ। ਠੀਕ ਹੈ, ਨੈਕਸਟ ਪੋਸਟ ਜੋ ਹੈ ਉਸਦੇ ਬਾਰੇ ਆਪਾਂ ਗੱਲ ਕਰਦੇ ਹਾਂ, ਉਹ ਹੈ ਆਪਣੇ ਕੋਲ ਜੂਨੀਅਰ ਟਰਾਂਸਲੇਸ਼ਨ। ਤਾਂ ਜੂਨੀਅਰ ਟਰਾਂਸਲੇਸ਼ਨ ਦੀ ਆਪਣੇ ਕੋਲ 4 ਪੋਸਟਾਂ ਨੇ, ਜਿਹਦੇ ਵਿੱਚ ਆਪਾਂ ਨੂੰ ਮਾਸਟਰ ਡਿਗਰੀ ਚਾਹੀਦੀ ਹੈ ਹਿੰਦੀ ਐਂਡ ਇੰਗਲਿਸ਼ ਦੇ ਵਿੱਚ, ਕਿਉਂਕਿ ਦੋਨੋਂ ਸਬਜੈਕਟ ਕੰਪਲਸਰੀ ਨੇ। ਆਪਾਂ ਨੂੰ ਪਤਾ ਹੈ ਕਿ ਨਵੋਦਿਆ ਵਿਦਿਆਲਿਆ ਸਮਿਤੀ ਜੋ ਹੈ ਇਹ ਇੱਕ ਸੈਂਟਰ ਲੈਵਲ ਦਾ ਸਕੂਲ ਹੁੰਦਾ ਹੈ, ਜਿੱਥੇ ਸਾਰੀਆਂ ਸਟੇਟਸ ਦੇ ਵਿੱਚੋਂ ਬੱਚੇ ਜਿਹੜੇ ਨੇ ਚੁਣ ਕੇ ਇਹਨਾਂ ਸਕੂਲ ਦੇ ਵਿੱਚ ਪੜ੍ਹਨ ਲਈ ਆਉਂਦੇ ਨੇ। ਤਾਂ ਉੱਥੇ ਜਿਹੜਾ ਹੁੰਦਾ ਹੈ ਆਪਾਂ ਨੂੰ ਕੰਪਲਸਰੀ ਚਾਹੀਦਾ ਹੁੰਦਾ ਹੈ ਹਿੰਦੀ ਔਰ ਇੰਗਲਿਸ਼। ਤਾਂ ਉਹ ਜਸਟ ਇਸ ਪੋਸਟ ਦੇ ਲਈ ਹੈ। ਠੀਕ ਹੈ, ਘਬਰਾਉਣਾ ਨਹੀਂ, ਕਿਉਂਕਿ ਅੱਗੇ ਦੀਆਂ ਪੋਸਟ ਜਿਹੜੀਆਂ ਨੇ ਉਹ ਅਲੱਗ ਅਲੱਗ ਨੇ, ਕਿਉਂਕਿ ਇਹ ਨੋਨ ਟੀਚਿੰਗ ਪੋਸਟ ਹੈ। ਆਪਾਂ ਨੂੰ ਜ਼ਿਆਦਾਤਰ ਜੋ ਹੈ ਬੱਚਿਆਂ ਨੂੰ ਇਹਦੇ ਵਿੱਚ ਪੜ੍ਹਾਉਣਾ ਨਹੀਂ ਹੈ, ਬਸ ਆਪਣੀਆਂ ਨੋਨ ਟੀਚਿੰਗ ਪੋਸਟ ਨੇ। ਔਰ ਇਸ ਪੋਸਟ ਦੇ ਲਈ ਆਪਾਂ ਨੂੰ ਜਿਹੜੀ ਏਜ ਲਿਮਿਟ ਉਹ 32 ਈਅਰ ਜਿਹੜੇ ਹੈਗੇ ਨੇ ਮੈਕਸੀਮਮ ਮਿਲ ਜਾਂਦੇ ਨੇ, ਔਰ ਜਿਹੜੀਆਂ ਵੀ ਆਪਣੇ ਕੋਲ ਰਿਲੈਕਸੇਸ਼ਨ ਹੋਣਗੀਆਂ ਉਹ ਅਲੱਗ ਤੋਂ ਹੋਣਗੀਆਂ। ਨੈਕਸਟ ਜੋ ਹੈ ਆਪਣੇ ਕੋਲ ਉਹ ਆਪਣੇ ਕੋਲ ਆਉਂਦੀ ਹੈ ਜੀ ਲੀਗਲ ਅਸਿਸਟੈਂਟ ਦੀ। ਲੀਗਲ ਅਸਿਸਟੈਂਟ ਦੀ ਇੱਕ ਪੋਸਟ ਹੈ ਜਿਹਦੇ ਵਿੱਚ ਆਪਾਂ ਨੂੰ ਬੈਚਲਰ ਡਿਗਰੀ ਚਾਹੀਦੀ ਹੈ ਲਾਅ ਦੇ ਵਿੱਚ, ਯਾਨੀ ਕਿ LLB, ਔਰ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, ਔਰ 23 ਤੋਂ 35 ਸਾਲ ਤੱਕ ਆਪਣੀ ਜਿਹੜੀ ਏਜ ਰਹੇਗੀ। ਤਾਂ ਨੈਕਸਟ ਜਿਹੜੀ ਪੋਸਟ ਹੈ ਉਹ ਆਪਣੇ ਕੋਲ ਹੈ ਸਟੈਨੋਗ੍ਰਾਫਰ ਦੀ। ਤਾਂ ਸਟੈਨੋਗ੍ਰਾਫਰ ਦੇ ਵਿੱਚ ਆਪਾਂ ਨੂੰ ਟੋਟਲ 23 ਪੋਸਟਾਂ ਦੇਖਣ ਨੂੰ ਮਿਲਦੀਆਂ ਹਨ, ਔਰ +2 ਕਲਾਸ ਹੈ ਜੋ ਆਪਣੇ ਕੋਲ ਐਨੀ ਰਿਕੋਗਨਾਈਜ਼ ਬੋਰਡ ਇਨ ਇੰਡੀਆ, ਮਤਲਬ ਕਿ ਤੁਸੀਂ ਇੰਡੀਆ ਦੇ ਵਿੱਚ ਕਿਸੇ ਵੀ ਸਕੂਲ ਤੋਂ ਅਗਰ +2 ਕਰ ਰੱਖੀ ਹੈ, ਠੀਕ ਹੈ, ਤਾਂ ਤੁਸੀਂ ਇਸ ਜੋਬ ਦੇ ਲਈ ਐਲੀਜੀਬਲ ਹੋ, ਤੁਸੀਂ ਇਸ ਨੂੰ ਭਰ ਸਕਦੇ ਹੋ। ਠੀਕ ਹੈ, ਬਟ ਜਿਹੜੀਆਂ ਹੈ ਆਪਾਂ ਨੂੰ ਇੱਥੇ ਇੰਗਲਿਸ਼ ਐਂਡ ਜੋ ਹਿੰਦੀ ਦੇ ਵਿੱਚ ਅਗਰ ਡਿਸਕ੍ਰਿਪਸ਼ਨ ਜਿਹੜੀਆਂ ਟ੍ਰਾਂਜੈਕਸ਼ਨ ਜਿਹੜੀਆਂ ਨੇ ਟ੍ਰਾਂਸਕ੍ਰਿਪਸ਼ਨ, ਤਾਂ ਉਹ ਆਪਾਂ ਨੂੰ ਇੱਥੇ ਐਲੀਜੀਬਲ ਇਹਨਾਂ ਦੇ ਲਈ ਹੋਣਾ ਪਏਗਾ, ਯਾਨੀ ਕਿ ਵਰਡ ਪਰ ਮਿਨਟ ਜਿਵੇਂ ਕਿ ਆਪਣੇ ਕੋਲ ਟਾਈਪਿੰਗ ਟੈਸਟ ਹੁੰਦਾ, ਤਾਂ ਉਹ ਇਹਦੇ ਵਿੱਚ ਹੋਏਗਾ। ਠੀਕ ਹੈ, ਹਿੰਦੀ ਦਾ ਹੋਏਗਾ ਔਰ ਇੰਗਲਿਸ਼ ਦਾ ਹੋਏਗਾ। ਤੁਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਲਈ ਪ੍ਰੈਫਰੈਂਸ ਰੱਖ ਸਕਦੇ ਹੋ। ਔਰ ਏਜ ਲਿਮਿਟ ਜਿਹੜੀ ਰਹਿਣ ਵਾਲੀ ਆਪਣੇ ਕੋਲ ਇਹਦੇ ਵਿੱਚ 18 ਤੋਂ 27 ਸਾਲ ਜਿਹੜੀ ਉਹ ਰਹੇਗੀ। ਨੈਕਸਟ ਆਪਣੇ ਕੋਲ ਪੋਸਟ ਜਿਹੜੀ ਹੈ ਕੰਪਿਊਟਰ ਆਪਰੇਟਰ ਦੀ। ਤਾਂ ਕੰਪਿਊਟਰ ਆਪਰੇਟਰ ਦੇ ਵਿੱਚ 2 ਪੋਸਟਾਂ ਨੇ, ਜਿਹਦੇ ਵਿੱਚ ਜੋ ਡਿਗਰੀ ਹੈ ਆਪਣੇ ਕੋਲ BE, BTECH, BSc, BCA, ਤਾਂ ਇਹਨਾਂ ਜਾਂ ਫਿਰ ਕੰਪਿਊਟਰ ਸਾਇੰਸ ਔਰ ਜਾਂ ਫਿਰ IT, ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਡਿਗਰੀ ਅਗਰ ਆਪਣੇ ਕੋਲ ਹੈ ਤਾਂ ਆਪਾਂ ਕੰਪਿਊਟਰ ਆਪਰੇਟਰ ਦੀ ਪੋਸਟ ਨੂੰ ਫਿਲ ਕਰ ਸਕਦੇ ਹਾਂ। ਏਜ ਲਿਮਿਟ ਜਿਹੜੀ ਆਪਣੇ ਕੋਲ ਰਹਿਣ ਵਾਲੀ ਹੈ ਉਹ 18 ਤੋਂ 30 ਸਾਲ ਰਹੇਗੀ। ਠੀਕ ਹੈ, ਔਰ ਨੈਕਸਟ ਪੋਸਟ ਜੋ ਹੈ ਉਹ ਆਪਣੇ ਕੋਲ ਹੈ ਕੈਟਰਿੰਗ ਸੁਪਰਵਾਈਜ਼ਰ ਦੀ। ਤਾਂ ਕੈਟਰਿੰਗ ਸੁਪਰਵਾਈਜ਼ਰ ਦੀ ਪੋਸਟ ਦੇ ਵਿੱਚ ਆਪਾਂ ਨੂੰ 78 ਪੋਸਟਾਂ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਨੂੰ ਬੈਚਲਰ ਡਿਗਰੀ ਚਾਹੀਦੀ ਹੈ ਕਿਹਦੇ ਵਿੱਚ, ਹੋਟਲ ਮੈਨੇਜਮੈਂਟ ਦੇ ਵਿੱਚ ਜਾਂ ਫਿਰ ਸਰਟੀਫਿਕੇਟ ਚਾਹੀਦਾ ਇਨ ਰਿਲੇਟਡ ਕੈਟਾਗਰੀ। ਠੀਕ ਹੈ, ਰਿਲੇਟਡ ਕੈਟਾਗਰੀ ਦੇ ਵਿੱਚ ਜਾਂ ਆਪਣੇ ਕੋਲ ਸਰਟੀਫਿਕੇਟ ਹੋਵੇ ਜਾਂ ਆਪਾਂ ਬੈਚਲਰ ਡਿਗਰੀ ਕੀਤੀ ਹੋਵੇ ਇਨ ਹੋਟਲ ਮੈਨੇਜਮੈਂਟ, ਤਾਂ ਆਪਣੇ ਕੋਲ 10 ਸਾਲ ਦਾ ਇਹਦੇ ਵਿੱਚ ਐਕਸਪੀਰੀਅੰਸ ਚਾਹੀਦਾ। ਠੀਕ ਹੈ, ਕੈਟਰਿੰਗ ਸੁਪਰਵਾਈਜ਼ਰ ਦੇ ਲਈ। ਤਾਂ ਔਰ ਜਿਹੜੀ ਇਸ ਦੇ ਲਈ ਏਜ ਲਿਮਿਟ ਹੈ ਉਹ ਆਪਣੇ ਕੋਲ ਰਹਿਣ ਵਾਲੀ ਹੈ ਜੀ 35 ਈਅਰ। ਨੈਕਸਟ ਜੋ ਪੋਸਟ ਹੈ ਆਪਣੇ ਕੋਲ ਉਸ ਦੇ ਵਿੱਚ ਜੋ ਹੈ ਆਪਣੇ ਕੋਲ ਜੂਨੀਅਰ ਐਸੋਸੀਏਟ ਦੀ। ਤਾਂ ਜੂਨੀਅਰ ਐਸੋਸੀਏਟ ਦੀਆਂ ਜਿਹੜੀਆਂ ਪੋਸਟਾਂ ਨੇ ਇਹ 2 ਤਰੀਕੇ ਨਾਲ ਆਉਂਦੀਆਂ ਨੇ ਆਪਣੇ ਕੋਲ, ਤੁਸੀਂ ਦੇਖ ਸਕਦੇ ਹੋ। ਠੀਕ ਹੈ, ਕਿ ਇੱਕ ਆਪਣੇ ਕੋਲ 21 ਪੋਸਟਾਂ ਨੇ ਇੱਕ ਦੇ ਵਿੱਚ, ਔਰ ਇੱਕ ਆਪਣੇ ਕੋਲ 360 ਪੋਸਟਾਂ ਨੇ ਜਿਹਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ। ਕਿਉਂਕਿ ਜਿਹੜੀ ਇਹ ਜੂਨੀਅਰ ਅਸਿਸਟੈਂਟ HQRSRO ਦੀ ਪੋਸਟ ਹੁੰਦੀ ਹੈ, ਇਹ ਅਪਰ ਲੈਵਲ 'ਤੇ ਹੁੰਦੀ ਹੈ। ਠੀਕ ਹੈ, ਔਰ ਜਿਹੜੀ ਆਪਣੇ ਕੋਲ ਜੂਨੀਅਰ ਅਸਿਸਟੈਂਟ JNV, ਯਾਨੀ ਕਿ ਇਹ ਉਸ ਸਕੂਲ ਦੇ ਵਿੱਚ ਹੀ ਅਧਾਰਿਤ ਰਹੇਗੀ, ਤਾਂ ਇਸ ਦੀਆਂ ਪੋਸਟਾਂ ਜਿਹੜੀਆਂ ਨੇ ਆਪਣੇ ਕੋਲ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ। ਔਰ ਇਹ ਵੀ ਪੋਸਟਾਂ ਜਿਹੜੀਆਂ ਨੇ ਆਪਾਂ ਨੂੰ +2 ਲੈਵਲ 'ਤੇ ਹੀ ਹਨ। ਠੀਕ ਹੈ, ਜ਼ਿਆਦਾ ਨਹੀਂ ਹੈ, +2 ਲੈਵਲ 'ਤੇ ਹਨ। ਅਗਰ ਤੁਸੀਂ +2 ਕੀਤੀ ਹੋਈ ਹੈ ਇੰਡੀਆ ਦੇ ਵਿੱਚੋਂ ਕਿਸੇ ਵੀ ਸਕੂਲ ਦੇ ਵਿੱਚੋਂ, ਤਾਂ ਤੁਸੀਂ ਇਸ ਦੇ ਲਈ ਐਲੀਜੀਬਲ ਹੋ। ਔਰ ਤੁਹਾਨੂੰ ਇਸ ਦੇ ਲਈ ਟਾਈਪਿੰਗ ਟੈਸਟ ਦੇਣਾ ਪਏਗਾ, ਜਿਹਦੇ ਵਿੱਚ ਤੁਹਾਨੂੰ 1 ਮਿੰਟ ਦੇ ਵਿੱਚ 30 ਵਰਡ ਪਰ ਮਿੰਟ ਤੁਹਾਨੂੰ ਚਾਹੀਦੇ ਨੇ। ਔਰ ਅਗਰ ਤੁਸੀਂ ਇੰਗਲਿਸ਼ ਦੇ ਵਿੱਚ ਕਰ ਰਹੇ ਹੋ ਤਾਂ 30 ਵਰਡ ਚਾਹੀਦੇ ਨੇ ਪਰ ਮਿੰਟ, ਔਰ ਅਗਰ ਤੁਸੀਂ ਹਿੰਦੀ ਟਾਈਪਿੰਗ ਚੂਜ਼ ਕਰ ਰਹੇ ਹੋ ਤਾਂ ਤੁਹਾਨੂੰ 25 ਵਰਡ ਪਰ ਮਿੰਟ ਚਾਹੀਦੇ ਨੇ। ਔਰ ਇਹਦੇ ਵਿੱਚ ਆਪਾਂ ਨੂੰ ਏਜ ਲਿਮਿਟ ਜਿਹੜੀ ਹੈ ਉਹ 18 ਤੋਂ 27 ਸਾਲ ਦੇਖਣ ਨੂੰ ਮਿਲਦੀ ਹੈ।
ਅਤੇ ਜਿਹੜੀਆਂ ਇਹਨਾਂ ਦੀਆਂ ਸੈਲਰੀਸ ਨੇ ਆਪਾਂ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ, ਕਿਉਂਕਿ ਸੈਲਰੀਸ ਇਹਨਾਂ ਦੀਆਂ ਬਹੁਤ ਕਾਫੀ ਜ਼ਿਆਦਾ ਵਧੀਆ ਦਿੱਤੀਆਂ ਜਾ ਰਹੀਆਂ ਨੇ, ਠੀਕ ਹੈ, ਕਿਉਂਕਿ ਐਡੀ ਘੱਟ ਸੈਲਰੀ ਵੀ ਨਹੀਂ ਹੈ, ਬਹੁਤ ਚੰਗੀਆਂ ਸੈਲਰੀਜ਼ ਨੇ ਜਿਹੜੀਆਂ ਇਹ ਸਕੂਲ ਦੇ ਵਿੱਚ ਦਿੱਤੀਆਂ ਨੇ, ਕਿਉਂਕਿ ਸੈਂਟਰ ਲੈਵਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸੈਂਟਰ ਲੈਵਲ ਦੇ ਵਿੱਚ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਉਹਨਾਂ ਦੀਆਂ ਸੈਲਰੀਜ਼ ਹੁੰਦੀਆਂ ਨੇ ਉਹ ਕਾਫੀ ਚੰਗੀਆਂ ਹੁੰਦੀਆਂ ਨੇ, ਕਾਫੀ ਜ਼ਿਆਦਾ ਹੁੰਦੀਆਂ ਨੇ। ਤਾਂ ਨੈਕਸਟ ਕੁਸ਼ਚਨ ਜੋ ਹੈ ਉਹ ਆਪਣੇ ਕੋਲ ਹੈ, ਉਹ ਹੈ ਇਲੈਕਟ੍ਰੀਸ਼ੀਅਨ ਕਮ ਪਲੰਬਰ। ਤਾਂ ਇਲੈਕਟ੍ਰੀਸ਼ੀਅਨ ਜਿਹੜਾ ਹੈ ਪਲੰਬਰ ਦੀ ਪੋਸਟ ਹੈ ਆਪਣੇ ਕੋਲ, ਇਹਦੇ ਵਿੱਚ ਆਪਾਂ ਨੂੰ 128 ਪੋਸਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਜਾਂਦੀਆਂ ਨੇ, ਔਰ ਇਹਦੇ ਵਿੱਚ ਆਪਾਂ 10th ਪਾਸ, ਅਗਰ ਤੁਸੀਂ 10th ਪਾਸ ਹੋ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ, ਬਟ ਤੁਹਾਡੇ ਕੋਲ ਨਾਲ ਜਿਹੜਾ ਹੈ ITI ਦਾ ਸਰਟੀਫਿਕੇਟ ਹੋਣਾ ਚਾਹੀਦਾ, ਯਾਨੀ ਕਿ ITI ਦਾ ਡਿਪਲੋਮਾ ਜਿਹੜਾ ਹੈ ਤੁਸੀਂ ਕੀਤਾ ਹੋਣਾ ਚਾਹੀਦਾ 10th ਤੋਂ ਬਾਅਦ, ਠੀਕ ਹੈ, ਜਾਂ ਫਿਰ ਇਲੈਕਟ੍ਰੀਸ਼ੀਅਨ ਔਰ ਵਾਇਰਮੈਨ ਪਲੰਬਿੰਗ, ਜਾਂ ਫਿਰ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਠੀਕ ਹੈ, ਜਾਂ ਤਾਂ ਤੁਹਾਡੇ ਕੋਲ 10th ਦੇ ਨਾਲ ITI ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ, ਜਾਂ ਫਿਰ ਤੁਹਾਡੇ ਕੋਲ ਵਾਇਰਮੈਨ ਪਲੰਬਿੰਗ ਜਾਂ ਫਿਰ ਇਹਨਾਂ ਦੇ ਵਿੱਚ ਕਿਸੇ ਤੋਂ ਵੀ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਔਰ ਇਹਦੇ ਵਿੱਚ ਜਿਹੜੀ ਆਪਣੇ ਕੋਲ ਏਜ ਲਿਮਿਟ ਰਹੇਗੀ ਉਹ 18 ਤੋਂ 40 ਸਾਲ ਜੋ ਹੈ ਰਹਿਣ ਵਾਲੀ ਹੈ। ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਉਹ ਆਪਣੇ ਕੋਲ ਲੈਬ ਅਟੈਂਡੈਂਟ ਦੀ ਹੈ ਜੀ। ਤਾਂ ਲੈਬ ਅਟੈਂਡੈਂਟ ਯਾਨੀ ਕਿ ਜਿਹੜੇ ਲੈਬਸ ਨੂੰ ਸੰਭਾਲਦੇ ਨੇ, ਠੀਕ ਹੈ, ਤਾਂ ਲੈਬ ਅਟੈਂਡੈਂਟ ਦੀ ਆਪਣੇ ਕੋਲ 161 ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ। ਤਾਂ ਇਹਦੇ ਵਿੱਚ ਵੀ ਅਗਰ ਤੁਸੀਂ 10th ਪਾਸ ਹੋ ਤਾਂ ਤੁਸੀਂ, ਠੀਕ ਹੈ, 10th ਪਾਸ ਹੋ ਔਰ ਵਿਦ ਡਿਪਲੋਮਾ ਇਨ ਲੈਬੋਰੇਟਰੀ ਟੈਕਨੀਕ ਔਰ 12th ਇੰਟਰਮੀਡੀਏਟ ਐਗਜ਼ਾਮ ਇਨ ਸਾਇੰਸ ਸਟ੍ਰੀਮ। ਤਾਂ ਇਹਦੇ ਵਿੱਚ ਆਪਾਂ ਦੇਖੀਏ ਕਿ ਅਗਰ ਤੁਸੀਂ 10th ਪਾਸ ਹੋ, ਠੀਕ ਹੈ, ਅਗਰ ਤੁਸੀਂ 10th ਪਾਸ ਹੋ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਲੈਬੋਰੇਟਰੀ ਟੈਕਨੀਕ ਦੇ ਵਿੱਚ, ਔਰ ਅਗਰ ਤੁਹਾਡੇ ਕੋਲ ਡਿਪਲੋਮਾ ਨਹੀਂ ਹੈ ਤਾਂ ਤੁਸੀਂ ਅਗਰ +2 ਪਾਸ ਹੋ ਸਾਇੰਸ ਸਟ੍ਰੀਮ ਤੋਂ, ਠੀਕ ਹੈ, ਯਾਨੀ ਕਿ ਤੁਸੀਂ ਅਗਰ ਨੋਨ ਮੈਡੀਕਲ ਕਰ ਰੱਖੀ ਹੈ ਕਿਹਦੇ ਵਿੱਚ +2 ਕਲਾਸ ਦੇ ਵਿੱਚ, ਤਾਂ ਤੁਸੀਂ ਇਸ ਪੋਸਟ ਦੇ ਲਈ ਐਲੀਜੀਬਲ ਹੋ। ਤਾਂ ਏਜ ਲਿਮਿਟ ਜਿਹੜੀ ਆਪਣੇ ਕੋਲ ਰਹਿਣ ਵਾਲੀ ਉਹ 18 ਤੋਂ 30 ਸਾਲ ਰਹਿਣ ਵਾਲੀ ਹੈ, ਠੀਕ ਹੈ। ਨੈਕਸਟ ਪੋਸਟ ਜੋ ਹੈ ਉਹ ਆਪਣੇ ਕੋਲ ਹੈ ਮੈਸ ਹੈਲਪਰ ਦੀ। ਤਾਂ ਮੈਸ ਹੈਲਪਰ ਦੀ ਆਪਣੇ ਕੋਲ ਇੱਥੇ 442 ਪੋਸਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ, ਔਰ ਇਹ ਵੀ ਆਪਾਂ ਜੋ ਹੈ 10th ਕਲਾਸ ਦੇ ਬੇਸ 'ਤੇ ਹੀ ਹੈ, ਠੀਕ ਹੈ, 10th ਕਲਾਸ ਤੁਹਾਡੇ ਤੋਂ ਪਾਸ ਹੋਣੀ ਚਾਹੀਦੀ ਹੈ, ਠੀਕ ਹੈ, ਔਰ 5 ਸਾਲ ਦਾ ਇਹਦੇ ਵਿੱਚ ਆਪਾਂ ਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਮੈਸ ਦੇ ਵਿੱਚ, ਠੀਕ ਹੈ, ਔਰ ਏਜ ਲਿਮਿਟ ਜਿਹੜੀ ਆਪਣੇ ਕੋਲ ਰਹੇਗੀ ਉਹ 18 ਤੋਂ 30 ਸਾਲ ਰਹੇਗੀ। ਤਾਂ ਨੈਕਸਟ ਪੋਸਟ ਜਿਹੜੀ ਹੈਗੀ ਹੈ ਉਹ ਆਪਣੇ ਕੋਲ ਹੈਗੀ ਹੈ ਜੀ ਮਲਟੀਟਾਸਕਿੰਗ ਸਟਾਫ ਦੀ, ਯਾਨੀ ਕਿ MTS ਦੀ ਪੋਸਟ ਹੈ। ਇਹਦੇ ਵਿੱਚ ਆਪਾਂ ਨੂੰ 9 ਪੋਸਟਾਂ ਦੇਖਣ ਨੂੰ ਮਿਲਦੀਆਂ ਨੇ, ਔਰ ਇਹ ਵੀ ਆਪਣੀ ਕਿੱਥੇ ਹੈ 10th ਬੇਸ ਹੈ, ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ, ਠੀਕ ਹੈ, ਕੋਈ ਆਪਾਂ ਨੂੰ ਐਕਸਟਰਾ ਡਿਪਲੋਮਾ ਨਹੀਂ ਚਾਹੀਦਾ MTS ਦੀ ਪੋਸਟ ਲਈ, ਸਿਰਫ ਤੁਹਾਨੂੰ 10th ਪਾਸ ਚਾਹੀਦੀ ਹੈ। ਅਗਰ ਤੁਸੀਂ 10th ਪਾਸ ਹੋ ਤਾਂ ਤੁਸੀਂ ਇਸ ਦੇ ਲਈ ਐਲੀਜੀਬਲ ਹੋ, ਤੁਸੀਂ ਇਸ ਪੋਸਟ ਨੂੰ ਭਰ ਸਕਦੇ ਹੋ। ਤਾਂ ਏਜ ਲਿਮਿਟ ਜਿਹੜੀ ਆਪਣੇ ਕੋਲ ਰਹਿਣ ਵਾਲੀ ਹੈ ਉਹ 18 ਤੋਂ 30 ਸਾਲ ਰਹਿਣ ਵਾਲੀ ਹੈ। ਔਰ ਅਗਰ ਆਪਾਂ ਗੱਲ ਕਰੀਏ ਇੰਪੋਰਟੈਂਟ ਡੇਟਸ ਦੀ ਕਿ ਕਦੋਂ ਇਸ ਫੋਰਮਸ ਨੂੰ ਫਿਲ ਕਰ ਸਕਦੇ ਹਾਂ ਔਰ ਕਦੋਂ ਜਿਹੜੀਆਂ ਹੈ ਇਗਜ਼ਾਮਸ ਹੋਣਗੇ, ਤਾਂ ਇੱਥੇ ਆਪਣੇ ਕੋਲ ਐਪਲੀਕੇਸ਼ਨ ਬਿਗਿਨਸ ਹੋਣ, ਤਾਂ ਜਿਹੜੀ ਐਪਲੀਕੇਸ਼ਨ ਹੈ ਇਹ ਇਸਦਾ ਪਰਫੋਰਮਾ ਜਿਹੜਾ ਹੈ ਉਹ ਆਊਟ ਹੋ ਚੁੱਕਿਆ ਹੈ, ਔਰ ਜਿਹੜੀ ਅਪਲਾਈ ਕਰਨ ਦੀ ਡੇਟ ਹੈ ਉਹ ਜਲਦੀ ਹੀ ਜਾਰੀ ਹੋ ਜਾਵੇਗੀ, ਜਲਦੀ ਹੀ ਜੋ ਆਪਾਂ ਨੂੰ ਦੇਖਣ ਨੂੰ ਮਿਲੇਗੀ। ਇਸ ਲਈ ਮੈਂ ਕਿਹਾ ਸੀ ਕਿਉਂਕਿ 31 ਅਗਸਤ ਤੱਕ ਜਿਹੜੇ 10th ਵਾਲਿਆਂ ਦੇ ਰਿਜ਼ਲਟਸ ਨੇ ਉਹ ਆ ਜਾਣਗੇ, ਔਰ ਉਦੋਂ ਤੱਕ ਅਗਰ ਇਸ ਦੀ ਡੇਟ ਆਊਟ ਹੁੰਦੀ ਹੈ, ਠੀਕ ਹੈ, ਤਾਂ ਜਿਹੜੇ ਇਹ ਬੱਚੇ ਹੋਣਗੇ ਇਹ ਵੀ ਇਸ ਪੋਸਟ ਨੂੰ ਫਿਲ ਕਰ ਸਕਣਗੇ, ਠੀਕ ਹੈ। ਔਰ ਇਗਜ਼ਾਮ ਡੇਟ ਜੋ ਹੈ ਜਦੋਂ ਪੋਸਟ ਆਪਣੀਆਂ ਫਿਲ ਹੋ ਜਾਣਗੀਆਂ ਤਾਂ ਇਗਜ਼ਾਮ ਡੇਟ ਐਡ ਪਰ ਸ਼ਡਿਊਲ ਜਿਹੜਾ ਉਹਨਾਂ ਨੇ ਰੱਖਿਆ ਹੋਏਗਾ ਉਹਦੇ ਰਿਲੇਟਡ ਆਪਾਂ ਨੂੰ ਇਗਜ਼ਾਮ ਡੇਟ ਦੱਸ ਦਿੱਤੀ ਜਾਏਗੀ, ਔਰ ਇਗਜ਼ਾਮ ਤੋਂ ਪਹਿਲਾਂ ਜਿਹੜਾ ਹੈ ਆਪਾਂ ਨੂੰ ਜਿਹੜਾ ਐਡਮਿਟ ਕਾਰਡ ਹੋਏਗਾ ਉਹਦਾ ਉਹ ਅਵੇਲੇਬਲ ਕਰ ਦਿੱਤਾ ਜਾਏਗਾ। ਔਰ ਅਗਰ ਆਪਾਂ ਗੱਲ ਕਰੀਏ ਫੀਸਿਸ ਦੇ ਬਾਰੇ ਤਾਂ ਫੀਸ ਜਿਹੜੀ ਰਹਿਣ ਵਾਲੀ ਹੈ ਫੋਰ ਫੀਮੇਲ ਨਰਸ ਸਟਾਫ ਦੇ ਲਈ, ਫੀਮੇਲ ਨਰਸ ਸਟਾਫ ਦੇ ਲਈ ਆਪਣੇ ਕੋਲ 1500 ਫੀਸ ਰਹਿਣ ਵਾਲੀ ਹੈ, ਬਾਕੀ ਦੀਆਂ ਸਾਰੀਆਂ ਪੋਸਟਾਂ ਦੇ ਲਈ 1000 ਫੀਸ ਰਹਿਣ ਵਾਲੀ ਹੈ। ਅਗਰ ਤੁਸੀਂ SC ST ਕਿਸੇ ਵੀ ਕੈਟਾਗਰੀ SC ST ਕੈਟਾਗਰੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਫੀਸ ਜੋ ਹੈ ਉਹ 500 ਰੁਪਏ ਰਹਿਣ ਵਾਲੀ ਹੈ। ਔਰ ਤੁਸੀਂ ਜਿਹੜੀ ਪੇਮੈਂਟ ਹੈ ਉਹ ਥਰੂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੀ ਪੇਮੈਂਟ ਇਹਦੇ ਵਿੱਚ ਕਰ ਸਕਦੇ ਹੋ।
ਠੀਕ ਹੈ। ਤਾਂ ਗੱਲ ਕਰੀਏ ਸੈਲਰੀਜ਼ ਦੇ ਬਾਰੇ, ਤਾਂ ਸੈਲਰੀਜ਼ ਜੋ ਇਹਦੇ ਵਿੱਚ ਦੇਖਣ ਨੂੰ ਆਪਾਂ ਨੂੰ ਮਿਲ ਰਹੀਆਂ ਨੇ ਉਹ ਫੀਮੇਲ ਸਟਾਫ ਨਰਸ ਦੇ ਲਈ ਆਪਣੀ 44,900 ਤੋਂ ਲੈ ਕੇ 1,42,400 ਤੱਕ ਜਿਹੜੀ ਸੈਲਰੀ ਰਹੇਗੀ। ਸੈਕਿੰਡ ਆਪਣੇ ਕੋਲ ਅਸਿਸਟੈਂਟ ਸੈਕਸ਼ਨ ਔਫਿਸਰ ਸੀ, ਤਾਂ ਇਹਦੇ ਵਿੱਚ 35,400 ਤੋਂ 1,12,400 ਤੱਕ ਆਪਣੀ ਸੈਲਰੀ ਰਹੇਗੀ, ਠੀਕ ਹੈ। ਫਿਰ ਆਪਣੇ ਕੋਲ ਆਡਿਟ ਅਸਿਸਟੈਂਟ ਆ ਜਾਂਦਾ, ਇਹਦੇ ਵਿੱਚ ਵੀ ਆਪਣੇ ਕੋਲ 35,400 ਤੋਂ 1,12,400 ਤੱਕ ਰਹੇਗੀ। ਔਰ ਨੈਕਸਟ ਜੋ ਹੈ ਜੂਨੀਅਰ ਟਰਾਂਸਲੇਸ਼ਨ ਦੀ ਔਫਿਸਰ ਦੀ, ਤਾਂ ਇਹਦੀ ਵੀ 35,400 ਤੋਂ 1,12,400 ਤੱਕ ਰਹੇਗੀ। ਨੈਕਸਟ ਜੋ ਹੈ ਆਪਣੇ ਕੋਲ ਲੀਗਲ ਅਸਿਸਟੈਂਟ ਯਾਨੀ ਕਿ ਲਾਅ ਆਫਿਸਰ ਜਿਹੜਾ ਆਪਣੇ ਕੋਲ ਆਜੂਗਾ ਇਹ, ਤਾਂ ਇਹਦੀ ਵੀ ਆਪਣੇ ਕੋਲ ਜਿਹੜੀ ਸੈਲਰੀ ਰਹੇਗੀ ਉਹ 35,400 ਤੋਂ ਲੈ ਕੇ ਆਪਣੇ ਕੋਲ 1,12,400 ਤੱਕ ਰਹੇਗੀ। ਫਿਰ ਹੈ ਆਪਣੇ ਕੋਲ ਸਟੈਨੋਗ੍ਰਾਫਰ ਦੀ ਪੋਸਟ, ਜਿਹਦੇ ਵਿੱਚ ਆਪਣੀ ਸੈਲਰੀ 25,500 ਤੋਂ ਲੈ ਕੇ 81,100 ਦੇ ਅੰਦਰ ਰਹੇਗੀ। ਔਰ ਨੈਕਸਟ ਹੈ ਆਪਣੇ ਕੋਲ ਕੰਪਿਊਟਰ ਆਪਰੇਟਰ ਦੀ, ਤਾਂ ਕੰਪਿਊਟਰ ਆਪਰੇਟਰ ਜੋ ਹੈ ਉਸਦੀ ਵੀ 25,500 ਤੋਂ ਲੈ ਕੇ 81,100 ਤੱਕ ਜੋ ਸੈਲਰੀ ਉਹ ਰਹੇਗੀ। ਨੈਕਸਟ ਜੋ ਅਗਲੀਆਂ ਪੋਸਟਾਂ ਦੇ ਬਾਰੇ ਆਪਾਂ ਗੱਲ ਕਰੀਏ, ਤਾਂ ਉਹਦੇ ਵਿੱਚ ਆਪਣੇ ਕੋਲ ਆ ਜਾਂਦਾ ਜੀ ਕੈਟਰਿੰਗ ਸੁਪਰਵਾਈਜ਼ਰ। ਤਾਂ ਕੈਟਰਿੰਗ ਸੁਪਰਵਾਈਜ਼ਰ ਦੀ ਅਗਰ ਆਪਾਂ ਸੈਲਰੀ ਦੇਖੀ ਤਾਂ 25,500 ਤੋਂ ਲੈ ਕੇ 81,100 ਤੱਕ ਰਹੇਗੀ, ਜਿਹੜੀਆਂ ਕਿ ਬਹੁਤ ਵਧੀਆ ਸੈਲਰੀਜ਼ ਤੁਹਾਨੂੰ ਇਹਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਨੈਕਸਟ ਪੋਸਟ ਜੋ ਹੈ ਆਪਣੇ ਕੋਲ ਉਹ ਜੂਨੀਅਰ ਐਸੋਸੀਏਟ ਦੀ ਹੈ, ਜਿਹੜੀ ਆਪਾਂ 9th ਅਤੇ 10th ਦੇ ਵਿੱਚ ਦੇਖੀ ਸੀ HQRO ਔਰ ਜਿਹੜੀ ਆਪਣੀ JNV ਦੀ, ਤਾਂ ਦੋਨੋਂ ਜੂਨੀਅਰ ਅਸਿਸਟੈਂਟ ਜਿਹੜੇ ਹੈਗੇ ਨੇ ਇਹਨਾਂ ਦੀ ਪੋਸਟ ਜਿਹੜੀ ਹੈ ਤਾਂ ਉਸਦੇ ਲਈ ਸੈਲਰੀ ਜਿਹੜੀ ਹੈ 19,900 ਤੋਂ ਲੈ ਕੇ 63,200 ਤੱਕ ਉਹ ਦਿੱਤੀ ਜਾ ਰਹੀ ਹੈ। ਫਿਰ ਆਪਾਂ ਗੱਲ ਕਰਦੇ ਹਾਂ ਇਲੈਕਟ੍ਰੀਸ਼ੀਅਨ ਕਮ ਪਲੰਬਰ ਦੀ, ਤਾਂ ਉਹਦੀ ਸੈਲਰੀ ਵੀ ਆਪਾਂ ਨੂੰ 19,900 ਤੋਂ ਲੈ ਕੇ 63,200 ਤੱਕ ਦੇਖਣ ਨੂੰ ਮਿਲ ਰਹੀ ਹੈ, ਠੀਕ ਹੈ। ਫਿਰ ਗੱਲ ਆਉਂਦੀ ਹੈ ਲੈਬ ਅਟੈਂਡੈਂਟ ਦੀ, ਤਾਂ ਲੈਬ ਅਟੈਂਡੈਂਟ ਦੇ ਹਿਸਾਬ ਨਾਲ ਜਿਹੜੀ ਸੈਲਰੀ ਉਹ 18,000 ਤੋਂ ਲੈ ਕੇ 56,900 ਤੱਕ ਮਿਲ ਰਹੀ ਹੈ। ਤਾਂ ਅਗਰ ਇਹਨਾਂ ਸੈਲਰੀਜ਼ ਨੂੰ ਤੁਸੀਂ ਦੇਖੋ, ਠੀਕ ਹੈ, ਤਾਂ ਇਹ ਬਹੁਤ ਅੱਛੀਆਂ ਸੈਲਰੀਜ਼ ਨੇ, ਕਿਉਂਕਿ ਅਗਰ ਤੁਸੀਂ 10th ਲੈਵਲ ਤੱਕ ਇਸ ਨੂੰ ਫਿਲ ਕਰ ਰਹੇ ਹੋ, 12th ਲੈਵਲ ਤੱਕ ਫਿਲ ਕਰ ਰਹੇ ਹੋ, ਤਾਂ ਤੁਹਾਨੂੰ ਸ਼ੁਰੂਆਤੀ ਅਗਰ 18,000-19,000 ਤੋਂ ਤੁਸੀਂ ਸ਼ੁਰੂਆਤ ਕਰ ਰਹੇ ਹੋ ਤਾਂ ਇਹ ਬਹੁਤ ਵਧੀਆ ਸੈਲਰੀਜ਼ ਨੇ, ਗੁੱਡ ਸੈਲਰੀਜ਼ ਨੇ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਹੈ ਮੈਸ ਹੈਲਪਰ ਦੀ, ਤਾਂ ਮੈਸ ਹੈਲਪਰ ਦੀ ਵੀ ਆਪਾਂ ਨੂੰ 18,000 ਤੋਂ ਲੈ ਕੇ 56,900 ਤੱਕ ਦੇਖਣ ਨੂੰ ਮਿਲ ਰਹੀ ਹੈ। ਔਰ MTS ਦੀ ਗੱਲ ਕਰੀਏ, MTS ਜਿਹੜਾ ਕਿ ਬਿਲਕੁਲ 10th ਬੇਸ ਤੋਂ, ਅਗਰ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਨਹੀਂ ਹੈ, ਕੋਈ ਵੀ ਡਿਪਲੋਮਾ ਨਹੀਂ ਹੈ, ਕੋਈ ਵੀ ਅਦਰ ਸਰਟੀਫਿਕੇਟ ਨਹੀਂ ਹੈ, ਕੁਛ ਵੀ ਨਹੀਂ ਹੈ, ਜੇ ਸਿਰਫ ਤੁਸੀਂ 10th ਪਾਸ ਕਰ ਰੱਖੀ ਹੈ, ਤਾਂ ਤੁਸੀਂ MTS ਦੀ ਪੋਸਟ ਫਿਲ ਕਰ ਸਕਦੇ ਹੋ, ਠੀਕ ਹੈ, ਜਿਹਦੇ ਵਿੱਚ 18,000 ਤੋਂ ਲੈ ਕੇ 56,900 ਤੱਕ ਜਿਹੜੀ ਹੈ ਸੈਲਰੀ ਉਹ ਰਹਿਣ ਵਾਲੀ ਹੈ। ਤਾਂ ਬਹੁਤ ਚੰਗੀ ਸੈਲਰੀ ਜਿਹੜੀ ਹੈ ਇਹ ਜਿਹੜੀ ਆਪਾਂ ਨੂੰ ਪ੍ਰੋਵਾਈਡ ਕਰ ਰਹੇ ਨੇ, ਠੀਕ ਹੈ। ਤਾਂ ਉਮੀਦ ਹੈ ਤੁਹਾਨੂੰ ਪੂਰੀ ਦੀ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਚੰਗੀ ਲੱਗੀ ਹੋਏਗੀ, ਤਾਂ ਇਨਫੋਰਮੇਟਿਵ ਤੁਹਾਨੂੰ ਰਹੀ ਹੋਏਗੀ, ਠੀਕ ਹੈ। ਔਰ ਅਗਰ ਤੁਸੀਂ ਅਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਸਾਥ ਲੱਗੀ ਬੈਲ ਆਈਕਨ ਵਾਲੀ ਘੰਟੀ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਓ, ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹੁੰਚਦੀ ਰਹੇ। ਔਰ ਯੂਟਿਊਬ ਚੈਨਲ 'ਤੇ ਹੀ ਮੇਰੀਆਂ GK GS ਦੀਆਂ ਕਲਾਸਿਸ ਨੇ ਜਿਹੜੀਆਂ ਉਹ ਰੋਜ਼ ਅਪਲੋਡ ਹੋ ਰਹੀਆਂ ਨੇ, ਤਾਂ ਤੁਸੀਂ ਉਹਨਾਂ ਨੂੰ ਅਗਰ ਦੇਖਣਾ ਚਾਹੁੰਦੇ ਹੋ, ਕਿਉਂਕਿ MCQs ਕਲਾਸਿਸ ਨੇ ਤੁਹਾਡੇ ਤਿਆਰੀ ਦੇ ਵਿੱਚ ਹੋਰ ਜ਼ਿਆਦਾ ਹੈਲਪ ਕਰਨੀਆਂ, ਤਾਂ ਤੁਸੀਂ ਕਲਾਸਿਸ ਨੂੰ ਜ਼ਰੂਰ ਅਟੈਂਡ ਕਰਨਾ, ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰ ਦੇਣਾ। ਔਰ ਹਾਂ, ਅਗਰ ਤੁਸੀਂ ਜੋ ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਅਗਰ ਪੰਜਾਬ ਪੁਲਿਸ ਦੇ GK GS ਦੇ ਨੋਟਸ ਜਿਹੜੇ ਨੇ, ਠੀਕ ਹੈ, ਥਿਊਰੀ ਨਾ ਕਿ MCQ, ਥਿਊਰੀ ਨੋਟਸ ਜਿਹੜੇ, ਕਿਉਂਕਿ ਆਪਾਂ ਨੂੰ ਥਿਊਰੀ ਜਿਹੜੀ ਹੁੰਦੀ ਹੈ ਉਹ ਬੁੱਕ ਦੇ ਵਿੱਚੋਂ ਪੜ੍ਹਨੀ ਜਿਹੜੀ ਹੁੰਦੀ ਹੈ ਥੋੜ੍ਹੀ ਜਿਹੀ ਔਖੀ ਲੱਗਦੀ ਹੈ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਕੀ ਪੜ੍ਹੀਏ ਅਤੇ ਕੀ ਛੱਡੀਏ। ਤਾਂ ਇਸੇ ਤਰੀਕੇ ਨਾਲ ਜੋ ਚੀਜ਼ ਇੰਪੋਰਟੈਂਟ ਸੀ ਪੰਜਾਬ ਪੁਲਿਸ ਦੇ ਆਪਣੇ ਕੋਲ ਸਿਲੇਬਸ ਦੇ ਰਿਲੇਟਡ, ਜੋ ਆਪਾਂ ਨੂੰ ਉਹਦੇ ਵਿੱਚ ਚਾਹੀਦਾ ਹੈ, ਤਾਂ ਉਹਦੇ ਰਿਲੇਟਡ ਜਿਹੜੇ ਮੈਂ ਨੋਟਸ ਜਿਹੜੇ ਨੇ ਉਹ ਤਿਆਰ ਕੀਤੇ ਨੇ, ਜਿਹੜੇ ਕਿ ਥਿਊਰੀ ਬੇਸ ਨੇ, ਠੀਕ ਹੈ, ਥਿਊਰੀ ਬੇਸ, ਕਿਉਂਕਿ ਉਹਨਾਂ ਦੇ ਵਿੱਚ ਇਕੱਲੀ ਇਕੱਲੀ ਚੀਜ਼ ਜਿਹੜੀ ਹੈ ਉਹ ਆਪਾਂ ਕਵਰ ਕੀਤੀ ਹੈ, ਠੀਕ ਹੈ। ਅਗਰ ਤੁਸੀਂ ਉਹਨਾਂ ਨੋਟਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਜਸਟ ਇਨ 200 ਰੁਪੀਸ ਤੁਸੀਂ ਉਹਨਾਂ ਨੂੰ ਬਾਏ ਕਰ ਸਕਦੇ ਹੋ, ਔਰ ਬਾਏ ਕਰਨ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਨੰਬਰ ਜੋ ਹੈ ਮੈਂ ਸ਼ੁਰੂ ਤੋਂ ਹੀ ਵੀਡੀਓ ਦੇ ਵਿੱਚ ਜਿਹੜਾ ਹੈ ਤੁਹਾਨੂੰ ਦੱਸ ਚੁੱਕਿਆ ਹਾਂ, ਜਿਵੇਂ ਕਿ ਤੁਹਾਨੂੰ ਪਤਾ ਹੀ, ਔਰ ਇੱਕ ਵਾਰ ਫਿਰ ਦੱਸ ਦਿੰਦਾ ਹਾਂ 9915111320। ਤਾਂ ਤੁਸੀਂ ਅਗਰ ਇਸ ਟੈਸਟ ਨੂੰ ਜਿਹੜਾ ਹੈ ਉਹ ਬਾਏ ਕਰਨਾ ਚਾਹੁੰਦੇ ਹੋ ਇਨ ਥਿਊਰੀਜ਼ ਨੂੰ, ਠੀਕ ਹੈ,
ਬਾਏ ਕਰਨਾ ਚਾਹੁੰਦੇ ਹੋ ਪੂਰੀ ਪੰਜਾਬ ਪੁਲਿਸ ਦੇ ਲਈ, ਠੀਕ ਹੈ, ਪੰਜਾਬ GK ਔਰ ਇੰਡੀਅਨ GK ਦੋਨੋਂ ਹੈ ਇਹਦੇ ਵਿੱਚ, ਇਕੱਲੀ ਪੰਜਾਬ GK ਨਹੀਂ ਹੈ, ਇਕੱਲੀ ਇੰਡੀਅਨ GK ਨਹੀਂ ਹੈ, ਕਿਉਂਕਿ ਆਪਾਂ ਨੂੰ ਜਿਹੜਾ ਹੈ GKGS ਦੇ ਵਿੱਚ ਆਪਾਂ ਨੂੰ ਪੰਜਾਬ ਪੁਲਿਸ ਦੇ ਲਈ ਪੰਜਾਬ GK ਵੀ ਕਰਨੀ ਹੈ ਔਰ ਇੰਡੀਅਨ GK ਵੀ ਕਰਨੀ ਹੈ, ਤਾਂ ਦੋਨਾਂ ਨੂੰ ਮੈਂ ਇਸ ਦੇ ਵਿੱਚ ਕਵਰ ਕੀਤਾ ਹੈ, ਤਾਂ ਦੋਵਾਂ ਨੇ ਤੁਹਾਨੂੰ ਪ੍ਰੋਵਾਈਡ ਕਰਾਂਗਾ, ਠੀਕ ਹੈ, PDF ਫੋਰਮ ਦੇ ਵਿੱਚ ਤੁਹਾਨੂੰ ਇਹ ਪ੍ਰੋਵਾਈਡ ਕੀਤੀਆਂ ਜਾਣਗੀਆਂ, ਦੋਨੋਂ ਜਿਹੜੀਆਂ ਹੈ ਮੈਂ ਪ੍ਰੋਵਾਈਡ ਕਰਾਂਗਾ ਔਰ ਜਸਟ ਇਨ 200 ਰੁਪੀਸ, ਤਾਂ ਤੁਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ। ਥੈਂਕ ਯੂ।